ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਦੁਰਗਾ ਪੂਜਾ ਤੋਂ ਪਹਿਲਾਂ ਸੁਣਾ ਚਾਂਦੀ ਹੋਇਆ ਸਸਤਾ ਜਾਣੋ ਕੀਮਤਾਂ ਸੋਨਾ ਤੇ ਚਾਂਦੀ ਦਾ ਕੀਮਤਾਂ ਦੇ ਵਿੱਚ ਵੱਧਵਾਰ ਨੂੰ ਆਈ ਤੇਜ਼ੀ ਤੋਂ ਬਾਅਦ ਅੱਜ ਇਹਨਾਂ ਨੇ ਕੀਮਤਾਂ ਦੇ ਵਿੱਚ ਗਰਾਵਟਾ ਦੇਖਣ ਨੂੰ ਮਿਲੀ ਚਾਂਦੀ ਦੀ ਕੀਮਤਾਂ ਡਿੱਗ ਕੇ 72000 ਰੁਪਏ ਤੋਂ ਥੱਲੇ ਜਾਦ ਕੇ ਸੋਨੇ ਦੀ ਕੀਮਤ 60000 ਰੁਪਏ ਤੋਂ ਥੱਲੇ ਕਾਰੋਬਾਰ ਕਰ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੇ ਕੀਮਤਾਂ ਦੇ ਵਿੱਚ ਗਰਾਵਟਾ ਦੇਖਣ ਨੂੰ ਮਿਲ ਰਹੀ ਹੈ ਸਸਤਾ ਹੋਇਆ ਸੋਨਾ ਸੋਨੇ ਦੀ ਕੀਮਤਾਂ ਵੱਧਵਾਰ ਨੂੰ 60000 ਰੁਪਏ ਨੂੰ ਪਾਰ ਕਰ ਗਈ ਸੀ ਪਰ ਅੱਜ ਇਹ ਕੀਮਤਾਂ ਡੈਗ ਕੇ 60000 ਰੁਪਏ ਤੋਂ ਥੱਲੇ ਆ ਗਿਆ ਐਮਸੀਐਕਸ ਤੇ ਸੋਨੇ ਦਾ ਦਸੰਬਰ ਇਕਰਾਰਨਾਮਾ ਅੱਜ 353 ਰੁਪਏ ਦੀ ਗ੍ਰਾਵਿਟੀ ਦੇ ਨਾਲ 59720 ਰੁਪਏ ਦੀ ਕੀਮਤ ਤੇ ਖੁੱਲਿਆ ਇਸ ਸਮੇਂ ਇਹ 59925 ਰੁਪਏ ਦੀ ਕੀਮਤ ਤੇ ਦਿਨ ਦੇ ਉੱਚਾ ਪੱਧਰ ਅਤੇ 59720 ਰੁਪਏ ਦੀ ਕੀਮਤ ਤੇ ਹੇਠਲੇ ਪੱਧਰ ਤੇ ਪਹੁੰਚ ਗਿਆ ਮਈ ਮਹੀਨੇ ਦੇ ਵਿੱਚ ਸੋਨੇ ਦੀ ਕੀਮਤ 61845 ਰੁਪਏ 10 ਗ੍ਰਾਮ ਦੀ ਕੀਮਤ ਦੇ ਪੱਧਰ ਤੇ ਪਹੁੰਚ ਗਈ ਸੀ ਚਾਂਦੀ ਦੀ ਕੀਮਤ ਵਿੱਚ ਵੀ ਗ੍ਰਾਵਟ MCX ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਦਾ ਕੰਟਰੈਕਟ ਅੱਜ 94 ਰੁਪਏ ਦੇ ਗ੍ਰਾਵਟ ਦੇ ਨਾਲ 77801 ਰੁਪਏ ਤੇ ਖੁੱਲਿਆ ਖਬਰਾਂ ਮਿਲਣ ਤੱਕ ਇਹ ਠੇਕਾ 282 ਰੁਪਏ ਦੇ ਗ੍ਰਾਵਟ ਦੇ ਨਾਲ 77613 ਰੁਪਏ ਤੇ ਕਾਰੋਬਾਰ ਕਰ ਰਿਹਾ ਸੀ ਕੁਲਬੀਰਾ ਜੀਰਾ ਹੋਰ ਕਸੂਤੇ ਫਸੇ ਨਾਮਾ ਮਾਮਲਾ ਕੀਤਾ ਦਰਜ ਜੇਲ੍ਹ ਤੋਂ ਵਾਪਸੀ ਰੁਕੀ ਤਾਂ ਉਸ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਜਪਦਨ ਹਨ ਦੱਸਦੇ ਕਿ ਜੀਰਾ ਦੇ ਖਿਲਾਫ ਤਾਰ 107 155 ਤਹਿਤ ਇੱਕ ਹੋਰ ਕੇਸ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਜੀਰਾ ਦਾ ਜੇਲ੍ਹ ਤੋਂ ਆਉਣਾ ਹੋਰ ਔਖਾ ਹੋ ਗਿਆ ਜ਼ਿਕਰ ਕਰਦੇ ਕਿ ਸਾਬਕਾ ਵਿਧਾਇਕ ਦੇ ਪਰਿਵਾਰ ਵਾਲੇ ਜ਼ਮਾਨਤ ਲੈਣ ਦੇ ਲਈ ਅਦਾਲਤਾਂ ਗਏ ਸੀ ਪਰ ਉਹਨਾਂ ਨੂੰ ਰਿਹਾਈ ਦੇ ਆਰਡਰ ਨਹੀਂ ਮਿਲੇ ਜਿਸ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਜੀਰਾਂ ਨੂੰ ਰਹਾਈ ਦੇ ਲਈ ਹਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਖੇਤਾਂ ਵਿੱਚ ਕਿਸਾਨਾਂ ਦਾ ਕੰਮ ਆਸਾਨ ਕਰਨ ਬਾਜ਼ਾਰ ਵਿੱਚ ਆ ਗਿਆ ਇਲੈਕਟ੍ਰਿਕ ਟਰੈਕਟਰ ਤਾਂ ਦੋਸਤੋ ਇਲੈਕਟ੍ਰਿਕ ਬਾਹਾਨੇ ਆਟੋਮੋਬਾਈਲ ਇੰਡਸਟਰੀ ਦੀ ਤਸਵੀਰ ਬਦਲ ਕੇ ਰੱਖ ਦਿੰਦੀ ਹੈ ਜਦੋਂ ਕਾਰ ਸਕੂਟਰਾਂ ਤੇ ਬੱਸਾਂ ਤੱਕ ਸਾਰੇ ਇਲੈਕਟ੍ਰਿਕ ਆਉਣ ਲੱਗੇ ਹਨ ਤਾਂ ਜ਼ਾਹਿਰ ਵਿੱਚ ਟਰੈਕਟਰ ਕਿਵੇਂ ਪਿੱਛੇ رہ ਸਕਦਾ ਇਹਨਾਂ ਇਲੈਕਟ੍ਰਿਕ ਟਰੈਕਟਰਾਂ ਦਾ ਆਉਣ ਦੇ ਨਾਲ ਕਿਸਾਨਾਂ ਨੂੰ ਜਿੱਥੇ ਮਹਿੰਗੇ ਡੀਜ਼ਲ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਵਾਤਾਵਰਨ ਵੀ ਦੂਸ਼ਿਤ ਨਹੀਂ ਹੋਵੇਗਾ ਦਰਸਲ ਸੋਲਸ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਨੇ ਬਈਲੀਦ ਨਾਲ ਚੱਲਣ ਵਾਲਾ ਟਰੈਕਟਰ ਬਾਜ਼ਾਰ ਦੇ ਵਿੱਚ ਉਤਾਰ ਦਿੱਤਾ ਹਾਲਾਂਕਿ ਭਾਰਤੀ ਬਾਜ਼ਾਰ ਦੇ ਵਿੱਚ ਆਉਣ ਦੇ ਲਈ ਇਸ ਨੂੰ ਦੇਰੀ ਲੱਗੇਗੀ ਪਰ ਕੰਪਨੀ ਨੇ ਅਮਰੀਕਾ ਤੇ ਯੂਰਪੀ ਦੇਸ਼ਾਂ ਵਿੱਚ ਇਲੈਕਟ੍ਰਿਕ ਟਰੈਕਟਰ ਲਾਂਚ ਕਰ ਦਿੱਤੇ ਹਨ ਇਲੈਕਟ੍ਰਿਕ ਟਰੈਕਟਰ ਮੋਬਾਈਲ ਫੋਨ ਦੇ ਬਾਂਗ ਸਮੇਂ-ਸਮੇਂ ਤੇ ਚਾਰਜ ਹੁੰਦੇ ਰਹਿੰਦੇ ਹਨ ਇਨ੍ਹਾਂ ਟਰੈਕਟਰਾਂ ਦੇ ਨਾਲ ਕਿਸਾਨ ਵੀਰਾਂ ਦਾ ਖਰਚਾ ਵੀ ਘਟਾ ਹੋਵੇਗਾ ਤੇ ਮੁਨਾਫਾ ਵੀ ਜ਼ਿਆਦਾ ਹੋਵੇਗਾ ਯੂਕੇ ਸਟੱਡੀ ਵੀਜ਼ਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਬੇਚਾਰ ਰਿਕਾਰਡ ਵਾਧਾ ਅੰਕੜੇ ਜਾਰੀ ਯੂਕੇ ਦੇ ਹੋਮ ਆਫਿਸ ਨੇ 2022 ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਪான்ਸਰਡ ਸਟੱਡੀ ਵੀਜ਼ੇ ਦੀ ਗੈਂਤਿਰ ਵਿੱਚ 54% ਵਾਧਾ ਦਰਜ ਕੀਤਾ ਇਹ ਵਿਕਾਸ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਤਰਜੀਹੀ ਮੰਜ਼ਲ ਵੱਜੋਂ ਯੂਕੇ ਦੇ ਪੱਖ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ ਅੰਕੜਿਆਂ ਵਿੱਚ ਜ਼ਿਕਰ ਜੋ ਵਾਧਾ ਹੋਇਆ ਜੋ ਇਹ ਦਰਸਾਉਂਦਾ ਹੈ ਕਿ ਸਾਲ 2019 ਦੇ ਮੁਕਾਬਲੇ ਹੁਣ ਭਾਰਤੀਆਂ ਦੇ ਕੋਲ ਸਟੱਡੀ ਵੀਜ਼ੇ ਦੀ ਗਿਣਤੀ ਲਗਭਗ 7 ਗੁਣਾ ਹੈ ਖਾਸ ਤੌਰ ਤੇ ਯੂਕੇ ਨੇ 5 ਲੱਖ ਦੇ ਕਰੀਬ ਸਪான்ਸਰਡ ਸਟੱਡੀ ਵੀਜ਼ਾ ਜਾਰੀ ਕੀਤੇ ਹਨ ਤੇ ਇਹ ਦਿਲਚਸਪ ਭਖਲਾਸ ਦੇ ਨਾਲ ਇਹਨਾਂ ਦੇ ਵਿੱਚੋਂ ਲਗਭਗ 1 ਤਿਹਾਈ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਨਤੀਜੇ ਦੇ ਵਜੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਵਿੱਚ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਭਾਰਤ ਦੇ ਵਿਦਿਆਰਥੀਆਂ ਦੀ ਗੈਨਤੇ ਪ੍ਰਭਾਵਸ਼ਾਲੀ 3 ਲੱਖ ਤੋਂ ਬਾਅਦ ਜਾਵੇਗੀ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਲਿਆ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਤੇ ਚੱਲ ਰੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਤਾਂ ਉਸ ਤੋਂ ਕੇਂਦਰੀ ਸੜਕ ਆਵਾਜਾਈ ਬਾਰੇ ਮੰਤਰੀ ਨਿਤਨ ਗੜਕਰੀ ਨੇ ਅੱਜ ਇੱਥੇ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਦੇ ਚੱਲ ਰੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ ਉਹਨਾਂ ਦਾ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸੰਘਾ ਢਾਲੀਬਾਲ ਹਰਪਾਜਨ ਸਿੰਘ ਐਟਆ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਹਵਾਈ ਅੱਡੇ ਤੋਂ ਸਿੱਧੇ ਉਹ શ્રી ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹਨਾਂ ਨੂੰ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ ਮਾਥਾ ਟੇਕਣ ਦੇ ਅਪਰੰਤ ਉਹ ਦਿੱਲੀ ਅਮਰਸਰ ਕਟੜਾ ਹਾਈਵੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਅਜਨਾਲਾ ਰੋਡ ਦੇ ਉੱਪਰ ਹਰਸ਼ਾ ਸ਼ੀਨਾ ਨੇੜੇ ਇੱਕ ਪਿੰਡ ਵਿੱਚ ਚ ਗਏ ਸ਼ਾਮ ਨੂੰ ਉਹ ਅਟਾਰੀ ਸਰਹੱਦ ਤੇ ਦੇਹ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਉਣਗੇ ਇਹ ਝੰਡਾ ਇੱਥੇ ਅਟਾਰੀ ਬਾਗਾ ਸਾਂਝੀ ਚੈੱਕ ਪੋਸਟ ਦੇ ਨੇੜੇ ਸਥਾਪਿਤ ਕੀਤਾ ਗਿਆ ਅਗਲੀ ਖਬਰ ਹੈ ਕੱਲ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਜਾ ਰਹੀ ਜੀਐਸਟੀ ਸੋਧਾ ਬਿੱਲਾਂ ਤੇ ਰਾਜਪਾਲ ਨੂੰ ਇਤਰਾਜ਼ ਬੋਲੇ ਮਨਜ਼ੂਰੀ ਮਿਲਣ ਵਿੱਚ ਦੇਰ ਕਿਉਂ ਕਾ ਦੋਸਤੋ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਆਮ ਆਰਮੀ ਪਾਰਟੀ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਲਈ ਭੇਜੇ ਗਏ ਦੋ ਜੀਐਸਟੀ ਸੂਧਾ ਬਿੱਲਾਂ ਤੇ ਇਤਰਾਜ਼ ਉਠਾਇਆ ਹੈ ਇਹ ਦੋਵੇਂ ਬਿੱਲੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਪੇਸ਼ ਕੀਤੇ ਜਾਣੇ ਹਨ ਰਾਜਪਾਲ ਦੇ ਵੱਲ ਉਠਾਏ ਗਏ ਸਵਾਲਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਫਿਰ ਗਰਮ ਹੋਣ ਲੱਗ ਗਈ ਹੈ ਰਾਜ ਭਵਨ ਦੇ ਸੂਤਰਾਂ ਤੋਂ ਮਿਲੇ ਜਾਣਕਾਰ ਦੇ ਅਨੁਸਾਰ ਰਾਇਪਾਲ ਨੇ ਬਲਾਂ ਤੇ ਇਤਰਾਜ਼ ਪ੍ਰਗਟਾਇਆ ਸੀ ਨੇ ਪੁੱਛਿਆ ਸੀ ਕਿ ਪੰਜਾਬ ਅਸੈਂਬਲੀ ਤੋਂ ਇੱਕ ਸੂਧ ਨੂੰ ਮਨਜ਼ੂਰੀ ਦੇਵਾਉਣ ਦੇ ਵਿੱਚ ਬੇਲੋੜੀ ਦੇਰੀ ਕਿਉਂ ਹੋ ਰਹੀ ਹੈ ਜਰਕੇ ਇਨ੍ਹਾਂ ਚੋਂ ਇੱਕ ਸੂਧ ਨੂੰ ਇਸ ਸਾਲ ਜੁਲਾਈ ਦੇ ਵਿੱਚ ਜੀਐਸਟੀ ਕੌਂਸਲ ਨੇ ਮਨਜ਼ੂਰੀ ਦਿੱਤੀ ਸੀ ਉਹਨਾਂ ਨੂੰ ਇਸ ਸਾਲ ਮਾਰਚ ਦੇ ਵਿੱਚ ਲੋਕ ਸਭਾ ਨੇ ਮਨਜ਼ੂਰੀ ਦੇ ਦਿੱਤੀ ਸੀ ਇਹਦੀ ਪੁਸ਼ਟੀ ਕਰਦਿਆਂ ਰਾਜ ਦੇ ਵਿੱਤ ਵਿਭਾਗ ਦੇ ਸੂਤਰਾ ਨੇ ਕਹਿ ਕੇ ਰਾਇਪਾਲ ਨੇ ਇਹ ਸਪਸ਼ਟਿਕਰਨ ਵੀ ਮੰਗਿਆ 1 ਜੁਲਾਈ ਦੇ ਬੈਚ ਹੋਈ GST ਕੌਂਸਲ ਦੀ ਮੀਟਿੰਗ ਦੀ ਕਾਰਵਾਈ ਨੂੰ ਉਹਨਾਂ ਦੀ ਪ੍ਰਵਾਨਗੀ ਦੇ ਲਈ ਭੇਜ ਗਈ ਫਾਈਲ ਦੇ ਨਾਲ ਕਿਉਂ ਨਹੀਂ ਜੋੜਿਆ ਗਿਆ ਮੈਡੀਕਲ ਫੀਲਡ ਵਿੱਚ ਨਿਕਲੀਆਂ ਸਰਕਾਰੀ ਅਸਾਮੀਆਂ ਜਾਣੋ ਡਿਟੇਲ ਸਰਕਾਰੀ ਨੌਕਰੀ ਕਰਨ ਦੀ ਇੱਛਾ ਬਹੁਤੀ ਗਿਣਤੀ ਪੜੇ ਲਿਖੇ ਨੌਂਵੰਬਰਾਂ ਦੀ ਹੁੰਦੀ ਹੈ ਇਸ ਦਾ ਲਈ ਯੋਗ ਹੋਣ ਵਾਸਤੇ ਉਹ ਪੜ੍ਹਾਈ ਕਰਦੇ ਤੇ ਲਗਾਤਾਰ ਤਿਆਰੀ ਕਰਦੇ ਹਨ ਹੁਣ ਮੈਡੀਕਲ ਫੀਲਡ ਦੇ ਵਿਦਿਆਰਥੀਆਂ ਦੇ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਬਣਿਆ ਹੈ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸ ਨੇ ਨੌਕਰਾਂਗਾਂ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਹੈ ਇਸ ਤਹਿਤ ਗਰੁੱਪ A B ਅਤੇ C ਦੀਆਂ ਕਈ ਅਸਾਮੀਆਂ ਪਰੀਆਂ ਜਾਣਗੀਆਂ ਅਪਲਾਈ ਕਰਨ ਦੀ ਮਿਤੀ ਅਤੇ ਵੈਬਸਾਈਟ NBEMS ਭਾਰਤ ਦੇ ਲਈ ਅਪਲਾਈ ਕਰਨ ਦੀ ਸ਼ੁਰੂਆਤ 10 ਅਕਤੂਬਰ ਤੋਂ ਹੋ ਚੁੱਕੀ ਹੈ ਤੇ ਅੰਤਮ ਮਿਤੀ 9 ਅਕਤੂਬਰ 2023 ਅਪਲਾਈ ਕਰਨ ਲਈ ਅਧਿਕਾਰਤ ਵੈਬਸਾਈਟ netboard.edu.in ਹੈ ਐਸਜੀਪੀਸੀ ਨਵੇਂ ਪ੍ਰਧਾਨ ਦੀ ਚੋਣ ਦੇ ਤਰੀਕ ਦਾ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰ ਦੇ ਅਨੁਸਾਰ 8 ਨਵੰਬਰ ਨੂੰ ਐਸਜੀਪੀਸੀ ਦਾ ਜਨਰਲ ਇਜਲਾਸ ਰੱਖਿਆ ਗਿਆ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਇਸ ਦੇ ਨਾਲ ਹੀ ਹੋਰ ਅਧਿਕਾਰੀਆਂ ਤੇ ਅੰਤ੍ਰिम ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ ਇਸ ਸਬੰਧੀ ਫੈਸਲਾ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਦਸ ਦੇ ਕਿ ਹਰਜਿੰਦਰ ਸਿੰਘਾ ਧਾਮੇ ਲਗਾਤਾਰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਹ ਚੁੱਕੇ ਹਨ ਪਿਛਲੀ ਵਾਰ ਹਰਜਿੰਦਰ ਸਿੰਘਾ ਧਾਮੇ ਅਤੇ ਬੀਬੀ ਜੰਗੀਰ ਕੌਰ ਦੇ ਵਿਚਕਾਰ ਸਖਤ ਮੁਕਾਬਲਾ ਸੀ ਅਗਲੀ ਖਬਰ ਮਾਝੇ ਤੋਂ ਕਾਂਗਰਸ ਨੂੰ ਵੱਡਾ ਝਟਕਾ ਆਪ ਦੇ ਵਿੱਚ ਸ਼ਾਮਲ ਹੋਏ ਮਜੀਠੀਆ ਜਾਣੋ ਕੀ ਪਵੇਗਾ ਅਸਰ ਤਾਂ ਦੋਸਤੋ ਆਮ ਆਦਮੀ ਪਾਰਟੀ ਆਪ ਨੇ ਬੀਰਵਾਨ ਨੂੰ ਮਾਝਾ ਖੇਤਰ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਮਾਝੇ ਦੀ ਮੰਨੀ ਪ੍ਰਬੰਨੀ ਸ਼ਖਸ਼ੀਅਤ ਅਤੇ ਮਜੀਠਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜਗਵਿੰਦਰ ਪਾਲ ਸਿੰਘਾ ਜੋ ਕਿ ਜੱਗਾ ਮਜੀਠਾ ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ਤੇ ਜੱਗਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਸਵਾਗਤ ਕੀਤਾ ਜਗਵਿੰਦਰ ਪਾਲ ਸਿੰਘਾ ਜੱਗਾ ਦਾ ਸਿਆਸੀ ਸਫਰ ਜਗਵਿੰਦਰ ਪਾਲ ਸਿੰਘਾ ਜੱਗਾ 1987 ਤੋਂ ਕਾਂਗਰਸੀ ਵਾਰਕਰ ਸੰਨ ਤੇ 1992 ਦੇ ਵਿੱਚ ਕੌਂਸਲਰ ਚੁਣੇ ਗਏ ਸਨ ਉਹ 1999 ਦੇ ਵਿੱਚ ਜੂਥ ਆ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਨ ਤੇ 2000 ਦੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਉਹਨਾਂ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੇ ਟਿਕਟ ਤੇ ਲੜਨਾ ਸਨ ਤਿੰਨ ਦਹਾਕਿਆਂ ਤੋਂ ਵੱਧ ਦਾ ਰਾਜਨੀਤਿਕ ਕੈਰੀਅਰ ਅਤੇ ਤਿਆਰਬਾ ਹੋਣ ਦੇ ਕਾਰਨ ਉਹਨਾਂ ਦੇ ਮਜੀਠਾ ਦੇ ਵਿੱਚ ਬਹੁਤ ਚੰਗੀ ਪਕੜ ਅਤੇ ਪ੍ਰਭਾਵ ਹੈ। ਅਗਲੀ ਖਬਰ ਮੋਗਾ ਦੇ ਵਿੱਚ ਦੁਸ਼ਹਿਰਾ ਤੇ ਵੀ ਖੁੱਲੇ ਰਹਿਣਗੇ ਸੇਵਾ ਕੇਂਦਰ ਸਵੇਰੇ 9 ਤੋਂ 2 ਵਜੇ ਤੱਕ ਰਹਿਣਗੇ ਕਾਰਜਸ਼ੀਲ। ਤਾਂ ਦੋਸਤੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਜ਼ਿਲ੍ਹਾ ਮੋਗਾ ਦੇ ਸਮੂਹ ਸੇਵਾ ਕੇਂਦਰ ਮਿਤੀ 24 ਅਕਤੂਬਰ ਨੂੰ ਦੁਸ਼ਹਿਰਾ ਦੇ ਅਪਸਰ ਤੇ ਖੁੱਲੇ ਰਹਿਣਗੇ ਸੇਵਾ ਕੇਂਦਰ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ ਇਹ ਜਾਣਕਾਰੀ ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਦੇ ਵੱਲੋਂ ਦਿੱਤੇ ਗਿਆ ਐਸਬੰਦੀ ਜਾਦਾ ਜਾਣਕਾਰ ਦਿੰਦਾ ਹੈ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਾਸੀ ਅਕਤ ਸਮੇਂ ਦੇ ਅਨੁਸਾਰ ਦੋ ਸਾਰੇ ਦੇ ਆਪਸਰ ਦੇ ਉੱਪਰ ਸੇਵਾ ਕੇਂਦਰਾ ਦੀਆਂ ਸੇਵਾਵਾਂ ਵੀ ਲੈ ਸਕਦੇ ਹਨ ਦੱਸਦੇ ਕਿ ਆਮ ਦਿਨਾਂ ਦੇ ਵਿੱਚ ਸੇਵਾ ਕੇਂਦਰ 9 ਤੋਂ ਸ਼ਾਮ 5 ਵਜੇ ਤੱਕ ਖੁੱਲੇ ਰੱਖੇ ਜਾਂਦੇ ਹਨ ਪਰ ਦੁਸਹਿਰੇ ਮੌਕੇ ਸੇਵਾ ਕੇਂਦਰ 3 ਘੰਟੇ ਪਹਿਲੇ ਬੰਦ ਕਰ ਦਿੱਤੇ ਜਾਣਗੇ